ਸਾਡੇ ਜਿਹੜੇ ਸੀਨੀਅਰ ਅਫਸਰ ਨੇ ਉਹ ਸਭ ਕੁਝ ਕਲੀਅਰ ਕਰ ਦਿੰਦੇ ਨੇ ਕਿ ਕੋਈ ਮਾਣਯੋਗ ਹਾਈਕੋਰਟ ਦਾ ਇਹਦੇ ਵਿੱਚ ਅੜਿੱਕਾ ਨਹੀਂ ਰਿਹਾ, ਕੋਈ ਲੀਗਲ ਕੋਈ ਅੜਿੱਕਾ ਪੈਣ ਦਾ ਚਾਂਸ ਨਹੀਂ, ਡਿਪਾਰਟਮੈਂਟ ਵੱਲੋਂ ਸਾਰਾ ਪੇਪਰ ਵਰਕ ਜਿਹੜਾ ਲੀਗਲੀ ਕੀਤਾ ਗਿਆ, ਪਬਲਿਕ ਸਰਵਿਸ ਕਮਿਸ਼ਨ ਨੇ ਪੇਪਰ ਲਿਆ, ਮੈਰਿਟ ਦੇ ਆਧਾਰ 'ਤੇ ਪੇਪਰ ਦਾ ਰਿਜ਼ਲਟ ਆਇਆ, ਰਿਜ਼ਲਟ ਦੇ ਆਧਾਰ 'ਤੇ ਸਾਰੇ ਸਿਲੈਕਟ ਹੋਏ ਨੇ, ਤਾਂ ਅਸੀਂ ਕੋਈ ਇੱਕ ਵੀ ਦਿਨ ਗੈਪ ਨਹੀਂ ਪਾਉਂਦੇ ਕਿ ਮੇਰੀ ਸਮੇਂ ਦੀ ਨਾ ਮਿਲਣ ਕਰਕੇ, ਕਿ ਮੁੱਖ ਮੰਤਰੀ ਦਾ ਟਾਈਮ ਨਹੀਂ ਮਿਲ ਰਿਹਾ ਪਿਛਲੇ 2 ਹਫ਼ਤਿਆਂ ਤੋਂ ਅਤੇ ਆਪਾਂ ਲੇਟ ਕਰ ਲਈਏ, ਤਾਂ ਮੈਂ ਕਹਿੰਦਾ ਕਿ ਭਾਵੇਂ ਅੱਧਾ ਘੰਟਾ ਆਵਾਂ ਮੈਂ ਆ ਜੂੰਗਾ, ਪਰ ਆਪਾਂ ਪਹਿਲਾਂ ਹੀ 70 ਸਾਲ ਲੇਟ ਹੋ ਚੁੱਕੇ ਹਾਂ, ਖਾਸ ਤੌਰ 'ਤੇ ਨੌਕਰੀਆਂ ਦੇਣ ਦੇ ਮਾਮਲੇ 'ਚ, ਰੁਜ਼ਗਾਰ ਦੇ ਮਾਮਲੇ 'ਚ, ਅਸੀਂ ਇੱਕ ਘੰਟਾ ਵੀ ਵੇਸਟ ਨਹੀਂ ਕਰਨਾ ਚਾਹੁੰਦੇ ਕਿ ਇੱਕ ਘੰਟਾ ਵੀ ਲੇਟ ਹੋ ਜਾਵੇ। ਬੇਹਿੰਮਤ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਬਹੁਤ ਸਾਰੇ ਲੋਕ ਹੁੰਦੇ ਨੇ ਨੈਗੇਟਿਵਿਟੀ ਉਹਨਾਂ ਦੇ ਅੰਦਰ ਹੁੰਦੀ ਆ, ਕਿਸਮਤ ਨੂੰ ਹੀ ਦੋਸ਼ ਦੇਈ ਜਾਂਦੇ ਹੁੰਦੇ, ਉਹਨਾਂ ਬਾਰੇ ਲਿਖਿਆ ਸ਼ਾਇਰ ਨੇ ਕਿ ਬੇਹਿੰਮਤ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਮੰਜ਼ਿਲ ਦੇ ਮੱਥੇ 'ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ, ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫ਼ਰਾਂ ਦਾ। ਤੁਸੀਂ ਬਹੁਤ ਸਖ਼ਤ ਮਿਹਨਤ ਕੀਤੀ ਹੈ, ਤੁਸੀਂ ਸਵੇਰੇ ਉੱਠ ਕੇ ਪੜ੍ਹਾਈ ਕੀਤੀ ਹੈ, ਕਿਹਾ ਜਾਂਦਾ ਨਾ ਆਪਣੇ ਅਰਲੀ ਮੋਰਨਿੰਗ ਪੜ੍ਹੋਗੇ ਤਾਂ ਯਾਦਦਸ਼ਤ ਦੇ ਵਿੱਚ ਰਹਿ ਜਾਂਦਾ, ਯਾਦ ਉਦੋਂ ਫਰੈਸ਼ ਮਾਇੰਡ ਹੁੰਦਾ ਅਤੇ ਉਦੋਂ ਪੜ੍ਹਿਆ ਕਰੋ। ਕੋਈ ਬੰਦੇ ਹਜੇ ਵੀ ਇਹੋ ਜਿਹੇ ਮੁੰਡੇ ਕੁੜੀਆਂ ਹੋਣਗੇ, ਕੰਮ ਵੀ ਕਰਦੇ ਹੋਣਗੇ, ਨਾਲ ਕਿਤਾਬ ਲੈ ਕੇ ਜਾਂਦੇ ਹੋਣਗੇ, ਕੋਈ ਖੇਤ ਜਾਂਦਾ ਉਹ ਨਾਲ ਕਿਤਾਬ ਲੈ ਕੇ ਜਾਂਦਾ ਉਹ, ਕਿ ਯਾਰ ਉੱਥੇ ਨੱਕਾ ਵੱਢ ਕੇ ਜਿਹੜਾ ਘੰਟਾ ਮਿਲੂਗਾ ਮੈਨੂੰ, ਮੈਂ ਕਿਤਾਬ ਪੜ੍ਹ ਲੂੰਗਾ, ਮੈਂ ਪੇਪਰ ਦੇਣਾ। ਸੋ ਇਹਦਾ ਮਤਲਬ ਮੰਜ਼ਿਲ ਤੁਸੀਂ ਮਥੀ ਹੋਈ ਸੀ ਕਿ ਮੈਂ ਉੱਥੇ ਜਾਣਾ, ਪੇਪਰ ਦਿੱਤਾ, ਰਿਜ਼ਲਟ ਆਇਆ, ਅੱਜ ਤੁਸੀਂ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਨ ਦੇ ਲਈ ਅੱਜ ਇੱਥੇ ਨਿਯੁਕਤੀ ਪੱਤਰ ਲੈਣ ਲਈ ਅੱਜ ਇੱਥੇ ਬੈਠੇ, ਮੈਨੂੰ ਖੁਸ਼ੀ ਇਸ ਗੱਲ ਦੀ। ਹਰ ਰੋਜ਼ ਪੰਜਾਬ ਸਰਕਾਰ ਦੇ ਰੰਗਲੇ ਪੰਜਾਬ ਦੀ ਟੀਮ ਦੇ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ, ਔਰ ਤੁਸੀਂ ਜਦੋਂ ਜਾ ਕੇ ਕੰਮ ਕਰੋਗੇ, ਆਪਣੀਆਂ ਕੁਰਸੀਆਂ 'ਤੇ ਬੈਠੋਗੇ, ਤੁਹਾਡੇ ਕੋਲ ਬਹੁਤ ਸਾਰੇ ਲੋਕ ਆਉਣਗੇ, ਲੋੜਵੰਦ ਆਉਣਗੇ, ਕਿਸੇ ਦੀ ਕੋਈ ਉਮੀਦ ਹੋਊਗੀ ਕਿ ਅੱਜ ਜੇ ਮੇਰਾ ਕੰਮ ਬਣ ਜਾਵੇ ਤਾਂ ਮੇਰੀ ਕਬੀਲਦਾਰੀ ਲਈ 'ਤੇ ਚੜ ਜੂਗੀ, ਕੋਈ ਸੋਚ ਕੇ ਆਊਗਾ ਕਿ ਜੇ ਅੱਜ ਮੇਰੇ ਆਹ ਕਾਗਜ਼ ਪੂਰੇ ਹੋ ਜਾਣ, ਜੇ ਕੁਰਸੀ 'ਤੇ ਬੈਠਾ ਕੋਈ ਬਾਬੂ ਚੰਗਾ ਹੋਵੇ ਮੇਰਾ ਸਾਈਨ ਕਰ ਦੇ, ਮੇਰੀ ਇਹਦੇ ਨਾਲ ਇਨਕਮ ਵੱਧ ਜੂਗੀ, ਮੈਂ ਧੀ ਦਾ ਵਿਆਹ ਕਰ ਦੂੰਗਾ ਅਗਲੇ ਸਾਲ। ਅਰਦਾਸ ਕਰਕੇ ਤੁਰਦੇ ਨੇ, ਹੇ ਪਰਮਾਤਮਾ ਜਿਹੜੇ ਅਫਸਰ ਕੋਲ ਜਾਈਏ ਉਹ ਭਲਾ ਹੋਵੇ, ਚੰਗਾ ਹੋਵੇ, ਅੱਜ ਹੀ ਕੰਮ ਹੋ ਜਾਵੇ। ਖਜਲ ਖੁਆਰੀਆਂ ਬਹੁਤ ਹੋ ਗਈਆਂ ਕਈ ਸਾਲਾਂ ਤੋਂ, ਸੋ ਇਸ ਗੱਲ ਦਾ ਖਿਆਲ ਰੱਖਿਓ ਕਿ ਕੋਈ ਵੀ ਕੰਮ ਜਾਇਜ਼ ਕੰਮ ਨੂੰ ਲਟਕਾਉਣ ਤੋਂ ਪਹਿਲਾਂ ਜਾਂ ਫਿਰ ਉਹਨੂੰ ਅਗਲੇ ਤਰੀਕ ਤੱਕ ਪਾਉਣ ਤੋਂ ਪਹਿਲਾਂ ਕਿ ਤੁਹਾਡੇ ਵਾਸਤੇ ਅਰਦਾਸ ਕਰਕੇ ਆਇਆ ਹੋਊਗਾ ਕਿ ਪਰਮਾਤਮਾ ਕੋਈ ਚੰਗਾ ਬੰਦਾ ਬੈਠਾ ਹੋਵੇ ਕੁਰਸੀ 'ਤੇ ਜਿਹੜਾ ਮੇਰੇ ਅੱਜ ਕੰਮ ਕਰਦੇ। ਜਿਵੇਂ ਪੇਪਰਾਂ ਤੋਂ ਬਾਅਦ ਆਪਾਂ ਅਰਦਾਸ ਕਰਨ ਲੱਗ ਜਾਂਦੇ ਨਾ, ਪੇਪਰ ਦੇਖਣ ਵਾਲਾ ਕੋਈ ਚੰਗਾ ਬੈਠਾ ਹੋਵੇ ਕਰ, ਉਹ ਤਾਂ ਖੈਰ ਅੱਜ ਦੇ ਮੈਂ ਜਦੋਂ ਲਿਸਟ ਪੜ੍ਹੀ 181 ਤਾਂ ਮੁੰਡੇ ਨੇ, 91 ਕੁੜੀਆਂ ਨੇ, ਤੁਸੀਂ ਦੇਖ ਲਓ ਜੇ 272 ਦਾ ਕੋਈ ਅਸੈਂਬਲੀ ਦਾ ਹੋਵੇ ਸੀਟਾਂ ਦਾ, ਤਾਂ ਜੇ ਆਪਾਂ 181 ਤਾਂ ਉਹ ਹੋ ਗਏ, ਅੱਧ ਤੋਂ ਜ਼ਿਆਦਾ ਹੋ ਗਿਆ ਫਿਰ ਦੇਖ ਲਓ, 91 ਅੱਧ ਤੋਂ ਜ਼ਿਆਦਾ ਕੁੜੀਆਂ ਨੇ, ਕੁੜੀਆਂ ਕਿਉਂਕਿ ਪੜ੍ਹਦੀਆਂ ਨੇ, ਆਪਾਂ ਜਦੋਂ ਮਰਜ਼ੀ ਰਿਜ਼ਲਟ ਦੇਖ ਲਓ, ਜੋ ਕਿੰਨੇ ਸਾਲਾਂ ਤੋਂ ਦੇਖ ਲਓ, 10ਵੀਂ 'ਚੋਂ ਕੁੜੀਆਂ ਨੇ ਫਿਰ ਮਾਝੀ ਵਾਰੀ, 12ਵੀਂ 'ਚੋਂ ਕੁੜੀਆਂ ਫਿਰ ਫਸਟ ਆਈਆਂ, BA 'ਚੋਂ ਕੁੜੀਆਂ ਫਿਰ ਫਸਟ ਆਈਆਂ, MA 'ਚੋਂ ਫਿਰ ਕੁੜੀਆਂ ਨੇ ਬਾਜ਼ੀ ਮਾਰੀ। ਪਰ ਮੈਂ ਸੋਚਦਾ ਹੁੰਦਾ ਸੀ ਪਹਿਲਾਂ ਕਿ ਜਿਹੜੀਆਂ ਬਾਜ਼ੀ ਮਾਰਨ ਵਾਲੀਆਂ ਕੁੜੀਆਂ ਬਾਅਦ 'ਚ ਕਿੱਧਰ ਚਲੀਆਂ ਜਾਂਦੀਆਂ ਨੇ, ਇਹ ਫਿਰ ਵਿਆਹ ਦਿੰਦੇ ਇੱਧਰ ਉੱਧਰ ਕਿਤੇ,
ਕਿਸੇ 60 ਕਿੱਲੇ ਆਣ ਨਾਲ, ਕਿਸੇ 50 ਕਿੱਲੇ ਆਣ ਨਾਲ, ਫਿਰ ਉੱਥੇ ਹੀ ਰਹਿ ਜਾਂਦੀਆਂ ਪੜ੍ਹਾਈਆਂ, ਉੱਥੇ ਹੀ ਰਹਿ ਜਾਂਦੀਆਂ, ਕਬੀਲਦਾਰੀ ਆਰਥਿਕਤਾ ਥੱਲੇ ਦੱਬ ਜਾਂਦੀਆਂ। ਸੋ ਅਸੀਂ ਚਾਹੁੰਦੇ ਹਾਂ ਕਿ ਕੁੜੀਆਂ ਪੜ੍ਹਨ, ਪੜ੍ਹ ਕੇ ਉਹਨਾਂ ਨੌਕਰੀਆਂ ਮਿਲਣ, ਤਾਂ ਦੋ ਘਰ ਵੱਸਦੇ ਨੇ, ਪੇਕਾ ਅਤੇ ਸਹੁਰਾ ਦੋਨੇ ਪਰਿਵਾਰ। ਸੋ ਇਸ ਕਰਕੇ ਕਿਹਾ ਜਾਂਦਾ ਨਾ ਕਿ ਜੇ ਬੇਟੀ ਨੂੰ ਪੜ੍ਹਾਓਗੇ ਤਾਂ ਸਮਝ ਲਓ ਦੋ ਪੀੜ੍ਹੀਆਂ ਪੜ੍ਹ ਗਈਆਂ ਤੁਹਾਡੀਆਂ। ਸੋ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਧੀਆਂ, ਸਾਡੀਆਂ ਭੈਣਾਂ ਅੱਗੇ ਆਉਣ, ਮੈਰਿਟ ਦੇ ਬੇਸ 'ਤੇ ਆਉਣ, ਚਾਹੇ ਉਹ ਪੰਜਾਬ ਪੁਲਿਸ 'ਚ ਹੋਣ, ਚਾਹੇ ਉਹ ਕੋਆਪਰੇਸ਼ਨ ਡਿਪਾਰਟਮੈਂਟ 'ਚ ਹੋਣ, ਚਾਹੇ ਉਹ PSPCL 'ਚ ਹੋਣ, ਭਾਵੇਂ ਉਹ ਰੂਰਲ ਡਿਵੈਲਪਮੈਂਟ 'ਚ ਹੋਣ, ਜਿੱਥੇ ਮਰਜ਼ੀ ਹੋਣ। ਅੱਜ ਕੱਲ੍ਹ ਤਾਂ ਕੋਈ ਇਸ ਤਰ੍ਹਾਂ ਦੀ ਬਾਰ ਨਹੀਂ ਹੈਗੀ, ਕੋਈ ਇਸ ਤਰ੍ਹਾਂ ਦਾ ਬਾਰਡਰ ਨਹੀਂ ਹੈਗਾ ਕਿ ਕੁੜੀਆਂ ਕੰਮ ਨਹੀਂ ਕਰ ਸਕਦੀਆਂ। ਔਰ ਇੱਕੋ ਤੁਸੀਂ ਦੇਖਦੇ ਆਪਾਂ ਜਦੋਂ ਪੇਪਰ ਤੋਂ ਬਾਅਦ ਰਿਜ਼ਲਟ ਆਉਂਦਾ ਨਾ, ਕੁੜੀਆਂ ਦੇ ਨੰਬਰ ਤੋਂ ਕਦੇ ਵੀ ਉਹ ਸੈਟਿਸਫਾਈ ਨਹੀਂ ਹੁੰਦੀਆਂ। 97% ਵੀ ਨੰਬਰ ਆ ਜਾਣ ਤਾਂ ਵੀ ਪੇਪਰ ਵਾਲੇ ਨੂੰ ਕਹਿੰਦੇ ਪਤਾ ਨਹੀਂ ਕੌਣ ਕੰਜੂਸ ਮੱਖੀ ਚੂਸ ਬੈਠਾ ਥਾ, ਇੱਕ ਨੰਬਰ ਔਰ ਦਿੱਤਾ, ਮੀਨਾ ਸੇ ਆਗੇ ਹੋ ਜਾਤੀ, ਮੀਨਾ ਨਾਲ ਹੀ ਮੁਕਾਬਲਾ ਕਰੀ ਜਾਂਦੀ ਹੈ ਨਾ। ਅਤੇ ਇੱਧਰੋਂ ਆਪਣੇ ਦਰਿਆ ਦਿਲ 40 ਨੰਬਰ ਆ ਜਾਣ 100 'ਚੋਂ ਤਾਂ ਵੀ ਦੋਵੇਂ ਦੇਣੀਆਂ, ਕੋਈ ਰੱਬ ਦਾ ਬੰਦੇ ਬੈਠਾ ਸੀ ਉਹ ਕਰਕੇ ਤਾਂ 33 ਦਾ ਆਏ ਸੀ, 7 ਨੰਬਰ ਪਤਾ ਨਹੀਂ ਕਿੱਥੋਂ ਦੇ ਦਿਓ ਉਹਨੇ। ਸੋ ਥੋੜ੍ਹਾ ਜਿਹਾ ਜੇ ਆਪਾਂ ਪੜ੍ਹਾਈ ਵੱਲ ਧਿਆਨ ਦੇਈਏ, ਅੱਜ ਕੱਲ੍ਹ ਮੈਰਿਟ ਜਿਹੜੀ ਹੈ 99.2 99.5 ਕੱਟ ਆਫ ਜਿਹੜਾ ਹੈ, 99.7 99.8 'ਤੇ ਚਲਾ ਗਿਆ, 99.9 'ਤੇ ਚਲਾ ਗਿਆ। ਸੋ ਹੁਣ ਮਿਹਨਤ ਤੋਂ ਬਿਨਾਂ ਕੰਮ ਨਹੀਂ ਬਣਨਾ, ਕਿਉਂਕਿ ਇਹ ਨਹੀਂ ਹੈਗਾ ਹੁਣ ਵੀ 40 ਆ ਗਏ ਚਲਾ MLA ਨੂੰ ਬਾਪੂ ਜਾਣਦਾ, ਬਸ ਸਮਝ ਲਓ 80 ਹੋ ਗਏ। ਇਹ ਨਹੀਂ ਕੰਮ ਚੱਲਣਾ, ਬਿਨਾਂ ਸਿਫਾਰਿਸ਼ ਤੋਂ ਕੰਮ ਹੋਊਗਾ, ਬਿਨਾਂ ਰਿਸ਼ਵਤ ਤੋਂ ਕੰਮ ਹੋਊਗਾ। ਨੰਬਰ ਜਿੰਨੇ ਵੱਧ ਹੋਣਗੇ ਉਨੀ ਵਧੀਆ ਨੌਕਰੀ ਮਿਲੂਗੀ। ਔਰ ਮੈਨੂੰ ਦੱਸਿਆ ਜਾ ਰਿਹਾ ਕਿ ਅਸੀਂ ਵੀ ਫੈਸਲਾ ਕੀਤਾ ਸੀ ਕਿ ਜਦੋਂ ਤੁਹਾਨੂੰ ਸਟੇਸ਼ਨ ਮਿਲਣਗੇ 4 ਮਹੀਨਿਆਂ ਬਾਅਦ, ਅਸੀਂ ਤੁਹਾਨੂੰ ਆਪਸ਼ਨ ਦੇ ਦਾਂਗੇ ਕਿ ਇਹਦੇ 'ਚੋਂ ਚੁਣ ਲਓ ਮੈਰਿਟ ਮੁਤਾਬਕ, ਜਿਵੇਂ ਕਾਲਜਾਂ ਦੀ ਕਾਉਂਸਲਿੰਗ ਹੁੰਦੀ ਹੈ ਨਾ, ਕਿਆ ਕਾਲਜਾਂ 'ਚੋਂ ਕਿਹੜਾ ਮਰਜ਼ੀ ਕਾਲਜ ਚੁਣ ਲਓ ਜੀ, ਤੁਸੀਂ ਇੱਥੇ ਐਲੀਜੀਬਲ ਹੋ, ਮੈਰਿਟ ਮੁਤਾਬਕ ਤੁਹਾਨੂੰ ਸਟੇਸ਼ਨ ਦੇ ਦਾਂਗੇ, ਤੁਸੀਂ ਆਪਦਾ ਜਿਹੜਾ ਮਰਜ਼ੀ ਸਟੇਸ਼ਨ ਚੁਣ ਲਿਓ ਵੀ ਮੈਂ ਇੱਥੇ ਨੌਕਰੀ ਕਰਨੀ ਹੈ। ਕਿਉਂਕਿ ਨੌਕਰੀ ਦੇ ਵਿੱਚ ਇੱਕ ਮਿਲ ਤਾਂ ਜਾਂਦੀ ਹੈ ਮਿਹਨਤ ਕਰਕੇ ਚਲੋ, ਪਰ ਇੱਕ ਨਾਲ ਇੱਕ ਬਹੁਤ ਜੁੜਿਆ ਹੋਇਆ ਕਿੱਥੇ ਕਰਨੀ ਹੈ ਨੌਕਰੀ, ਉਹਦੇ ਨਾਲ ਵੀ ਬਹੁਤ ਜ਼ਿਆਦਾ ਚੀਜ਼ਾਂ ਜੁੜ ਜਾਂਦੀਆਂ, ਖਾਸ ਤੌਰ 'ਤੇ ਕੁੜੀਆਂ ਦਾ। ਪੇਕਾ ਘਰ ਕਿਤੇ ਹੋਰ ਹੈ, ਰਹਿਣਾ ਪੈ ਰਿਹਾ ਕਿਤੇ ਹੋਰ ਦੂਰ 200 ਕਿਲੋਮੀਟਰ, ਉੱਥੇ ਰਹਿਣ ਦਾ ਫਿਰ ਕੌਣ ਪ੍ਰਬੰਧ ਕਰੂਗਾ, ਫਿਰ ਰਹਿਣਾ, ਫਿਰ ਕਿਸੇ ਹੋਰ ਨਾਲ ਕੋਈ ਲੱਭੋ ਕਿ ਹਾਂ ਕੋਈ ਰਿਸ਼ਤੇਦਾਰ ਜਾਂ ਕੋਈ ਹੋਰ, ਫਿਰ ਹਰ ਹਫ਼ਤੇ ਜਾਂ ਤਾਂ ਮਾਂ ਬਾਪ ਆਉਂਦੇ ਨੇ ਮਿਲਣ, ਜਾਂ ਉਹ ਆਉਂਦੀ ਹੈ ਕੁੜੀ ਆਉਂਦੀ ਹੈ, ਤਾਂ ਉਹਦੀ ਨੌਕਰੀ 'ਤੇ ਬਹੁਤ ਅਸਰ ਪੈ ਜਾਂਦਾ, ਕੰਮਕਾਰ ਦਾ ਜਿਹੜਾ ਕੰਸਨਟ੍ਰੇਸ਼ਨ ਬਣਦੀ ਨਹੀਂ। ਬਜਾਏ ਇਸ ਦੇ ਕਿ ਉਹਨਾਂ ਨੂੰ ਪੁੱਛ ਹੀ ਲਿਆ ਜਾਵੇ, ਵੈਸੇ ਤਾਂ ਉਨੀ ਦੇਣੇ ਸੀ, ਗੁਰਦਾਸਪੁਰ ਦੇ ਵੀ ਉਨੇ ਦੇਣੇ ਨੇ, ਮਾਨਸਾ ਦੇ ਵੀ ਉਨੀ ਦੇਣੇ ਨੇ, ਇਹ ਤਾਂ ਹੈ ਨਹੀਂ ਗਾ ਕਿ ਕੋਈ ਹੁਣ ਥੋੜ੍ਹਾ ਜਿਹਾ ਬਾਰਡਰ ਲਾਈਨ ਦਾ ਇੱਕ ਪਤਾ ਹੋ ਜਾਂਦਾ, ਸਪੈਸ਼ਲੀ ਕਿ ਬਾਰਡਰ ਲਾਈਨ 'ਤੇ ਜਿੱਥੇ ਕੋਈ ਲੋਕ ਜਾਂਦੇ ਨਹੀਂ, ਫਿਰ ਨਹੀਂ ਤਾਂ ਉਹ ਇਲਾਕਾ ਤਾਂ ਫਿਰ ਬਿਨਾਂ ਅਫਸਰਾਂ ਤੋਂ ਹੀ ਰਹਿ ਜਾਏ, ਬਿਨਾਂ ਮਾਸਟਰਾਂ ਤੋਂ ਰਹਿ ਜਾਏ ਸਕੂਲ ਉਹਨਾਂ ਦੇ, ਉੱਥੇ ਵੀ ਥੋੜ੍ਹਾ ਜਿਹਾ ਦਿੱਤਾ ਜਾਂਦਾ, ਜਿਵੇਂ ਫੌਜ ਦੇ ਵਿੱਚ ਵੀ ਹੈ, ਜਿਹੜੇ ਉੱਪਰ ਗਲੇਸ਼ੀਅਰਸ 'ਤੇ ਕੰਮ ਕਰਦੇ ਆ, ਜਿਹੜੇ ਕਾਰਗਿਲ ਦੀਆਂ ਪਹਾੜੀਆਂ 'ਤੇ ਰਿਸਕੀ ਜਗ੍ਹਾ 'ਤੇ ਕੰਮ ਕਰਦੇ, ਰਿਸਕ ਅਲਾਊਂਸ ਮਿਲਦਾ ਉਹਨਾਂ ਨੂੰ ਅਲੱਗ ਤੋਂ। ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਏ ਹੋ ਕੰਮ 'ਤੇ ਤਾਂ ਤੁਹਾਨੂੰ ਕੰਮ ਦਾ ਮਾਹੌਲ ਵੀ ਮਿਲੇ ਵਧੀਆ, ਫਿਰ ਤੁਸੀਂ ਟਾਈਮ ਵੀ ਦੇ ਸਕੋ ਆਪਣੇ ਕੰਮ ਨੂੰ, ਪਿਆਰ ਕਰੋ ਕਿ ਮੈਂ ਅੱਜ ਕੰਮ 'ਤੇ ਚੱਲਿਆ, ਅਤੇ ਮੈਂ ਸ਼ਾਮ ਤੱਕ ਆ ਕੇ ਅਨੈਲਿਸਿਸ ਕਰੋ ਕਿ ਅੱਜ ਮੈਂ ਦਫ਼ਤਰ ਦੇ ਵਿੱਚ ਕੰਮ ਕੀਤੇ, ਕਿੰਨੀਆਂ ਦੁਆਵਾਂ ਲਈਆਂ, ਕਿਹੜਾ ਕੰਮ ਮੈਂ ਕਰ ਸਕਦਾ ਸੀ ਪਰ ਮੈਂ ਕਰ ਨਹੀਂ ਸਕਿਆ, ਕਿਹੜੇ ਕੰਮ 'ਚ ਮੇਰੇ 'ਤੇ ਪ੍ਰੈਸ਼ਰ ਸੀ ਵੀ ਕਰਨਾ ਨਹੀਂ, ਸੋ ਇਹ ਵੀ ਸਾਨੂੰ ਦੱਸੋ ਸੁਝਾਅ। ਫਿਰ ਸੁਝਾਅ ਪੇਟੀਆਂ ਅਸੀਂ ਰੱਖੀਆਂ ਨੇ ਹਰ ਜਗ੍ਹਾ 'ਤੇ, ਜਾਂ ਪੋਰਟਲ ਵੀ ਹੈਗੇ ਨੇ ਅੱਜ ਕੱਲ੍ਹ ਤਾਂ, ਵਟਸਐਪ ਨੰਬਰ ਵੀ ਨੇ, ਕਿਤੇ ਕੋਈ ਤੁਹਾਨੂੰ ਕੰਮ ਕਰਨ 'ਚ ਦਿੱਕਤ ਆਉਂਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਮਹਿਕਮਾ ਬਹੁਤ ਵਧੀਆ ਕੰਮ ਕਰ ਸਕਦਾ ਪਰ ਆਹ 1-2 ਬੰਦੇ ਅੜਿੱਕਾ ਬਣੇ ਹੋਏ ਨੇ, ਸਾਨੂੰ ਦੱਸ ਦਿਓ, ਅੜਿੱਕੇ ਕਰ ਦਿਆਂਗੇ ਆਪਾਂ। ਪਹਿਲਾਂ ਤੁਸੀਂ ਦੇਖਿਆ ਹੀ ਹੈ ਪਟਵਾਰੀਆਂ ਦਾ ਬੋਲਣ ਤਾਂ ਤੁਸੀਂ ਲੱਗੇ ਸੀ, ਮੈਂ ਬੋਲ ਦੇਣਾ, ਜਦੋਂ ਕਲਮ ਮਿਲ ਗਈ, ਪਰਮਾਤਮਾ ਨੇ ਕਲਮ ਦੇ ਦਿੱਤੀ, ਐਡੀ ਵੱਡੀ ਕਲਮ ਮਿਲ ਗਈ ਕਿ ਤੁਹਾਡੇ ਇੱਕ ਅੱਖਰ ਨਾਲ ਜ਼ਮੀਨਾਂ ਦੇ ਝਗੜੇ ਖਤਮ ਵੀ ਹੋ ਸਕਦੇ ਹੈ
ਸ਼ੁਰੂ ਵੀ ਹੋ ਸਕਦੇ, ਕਤਲ ਵੀ ਹੋ ਸਕਦੇ ਇੱਕ ਅੱਖਰ ਨਾਲ। ਜਦੋਂ ਐਡੀ ਵੱਡੀ ਤਾਕਤ ਤੁਹਾਨੂੰ ਪਰਮਾਤਮਾ ਨੇ ਦੇ ਰੱਖੀ ਹੈ ਕਿ ਧਰਤੀ 'ਤੇ ਤੁਸੀਂ ਸਭ ਤੋਂ ਵੱਡੇ, ਤੁਹਾਡੇ ਦਸਖਤ ਨੇ, ਫਿਰ ਆਪਣੇ ਆਪ ਨੂੰ ਪਰਮਾਤਮਾ ਸਮਝਣ ਲੱਗ ਜਾਣਾ ਗਲਤ ਹੋ ਜਾਂਦਾ। ਫਿਰ ਕਈ ਹੁੰਦੇ ਨੇ ਬੰਦੇ ਜਿਹੜੇ ਰੱਬ ਦਾ ਨਾਮ ਚਪਾਉਂਦੇ ਚਪਾਉਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਆਪਦੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ। ਸੋ ਦੁੱਖ ਮੈਨੂੰ ਉਸ ਗੱਲ ਦੇ ਵਿੱਚ, ਜਦ ਤੱਕ ਕੋਈ ਤਨਖਾਹ 'ਚ ਕਮੀ ਕਰਦੇ ਹੋਈਏ, ਤਨਖਾਹ ਵਧਾ ਦਿੰਦੇ ਆ ਭਾਈ ਤੁਹਾਡੀ, ਪਰ ਕੋਈ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਉਹਦੇ ਹੱਕ 'ਚ ਹੜਤਾਲ ਕਰਨੀ ਕਿ ਸਾਡਾ ਬੰਦਾ ਛੱਡੋ, ਨਹੀਂ ਤਾਂ ਅਸੀਂ ਕਲਮ ਛੋੜ ਹੜਤਾਲ ਕਰਾਂਗੇ। ਮੈਂ ਲਿਖਤਾ ਫਿਰ, ਮੈਂ ਕਿਹਾ ਛੱਡ ਦਿਓ ਕਲਮ, ਦੁਬਾਰਾ ਫੜਾਉਣੀ ਹੈ ਕਲਮ ਜਾਂ ਨਹੀਂ ਫੜਾਉਣੀ ਸਾਡੀ ਮਰਜ਼ੀ ਹੈ। ਫਿਰ ਮੈਂ ਤੁਹਾਡੇ ਥਾਂ 'ਤੇ ਹੋਰ ਵੀ ਕਲਮਾਂ ਪੜਨ ਨੂੰ ਬਹੁਤ ਬੈਠੇ, ਨਵੇਂ ਮੁੰਡੇ ਵੱਧ ਪੜ੍ਹੇ ਲਿਖੇ ਬੈਠੇ, ਨਵੇਂ ਮੁੰਡੇ ਕਲਮਾਂ ਪੜਨ ਨੂੰ ਬੈਠੇ ਨਹੀਂ। ਮੈਂ ਅਗਲੇ ਦਿਨ ਹੀ 712 ਕੱਢਤੀਆਂ ਪੋਸਟਾਂ ਜਿਹੜੀਆਂ ਉਹਨਾਂ ਦੀਆਂ, ਟ੍ਰੇਨਿੰਗ ਤੋਂ ਬੁਲਾਏ ਕਿ ਚਲੋ ਕੰਮ 'ਤੇ ਚੱਲੀਏ ਪਟਵਾਰੀਆਂ ਦੀ। ਦੇਖੋ ਠੀਕ ਗੱਲ ਹੈ, ਕੋਈ ਤੁਹਾਨੂੰ ਕਲਮ ਮਿਲੀ ਹੈ ਤਾਂ ਕਲਮ ਚਲਾਓ, ਪੈਸੇ ਦਾ ਦੇਖੋ ਇੱਥੋਂ ਅੱਜ ਮੈਂ ਤੁਹਾਨੂੰ ਤੁਰ ਰਿਹਾ ਟ੍ਰੇਨਿੰਗ ਵਾਸਤੇ, ਟ੍ਰੇਨਿੰਗ ਤੋਂ ਬਾਅਦ ਤੁਸੀਂ ਕੰਮ 'ਤੇ ਚਲੇ ਜਾਓ। ਅੱਜ 37,000 ਤੋਂ ਉੱਪਰ ਹੋ ਗਿਆ ਅੰਕੜਾ ਆਪਣਾ ਸਰਕਾਰੀ ਨੌਕਰੀਆਂ ਦਾ, 37,000 ਤੋਂ ਉੱਪਰ ਹੋ ਗਿਆ, 37,600 ਸਮ ਤੋਂ ਮਿਲੇ। ਇੱਕ ਬੰਦਾ ਉਹਨਾਂ ਤੋਂ ਕਹਿ ਦੇ ਮੈਂ ਪੈਸਾ ਦੇ ਕੇ ਲੱਗਿਆ ਜੀ, ਜਾਂ ਮੈਂ MLA ਜਾਂ ਮੰਤਰੀ ਦੀ ਸਿਫਾਰਿਸ਼ 'ਤੇ ਲੱਗਿਆ ਜੀ। ਈਵਨ ਮੈਂ ਇੱਥੇ ਆਮ ਜਦੋਂ ਨਿਯੁਕਤੀ ਪੱਤਰ ਦਿੰਦਾ, ਮੈਨੂੰ 2 ਤਾਂ ਮੇਰੇ ਪਿੰਡ ਦੇ ਮੁੰਡੇ ਮਿਲ ਗਏ, ਮੈਂ ਸਤੌਜ ਤੋਂ ਜੀ। ਮੈਂ ਕਿਹਾ ਕਿਹਨਾਂ ਦਾ ਮੁੰਡਾ? ਮੈਂ ਫਲਾਣੇ ਦਾ ਜੀ। ਮੈਂ ਕੋਈ ਪੈਸੇ ਪੁੱਛਦੇ ਨਹੀਂ ਲੱਗੇ? ਕਹਿੰਦੇ ਨਾ। ਮੈਂ ਕੋਈ ਕਿਸੇ ਸਾਡੇ ਘਰਦਿਆਂ ਕੋਲ ਜਾਂ ਕਿਤੇ ਕੋਲ ਜਾਣ ਦੀ ਲੋੜ ਤਾਂ ਨਹੀਂ ਪਈ? ਕਹਿੰਦੇ ਨਾ ਜੀ। ਕਹਿੰਦੇ ਹੁਣ ਸਾਡੇ ਘਰ, ਕਹਿੰਦੇ ਮੇਰੀ ਭੈਣ ਨੂੰ ਵੀ ਨੌਕਰੀ ਮਿਲ ਗਈ ਸੀ, ਮੈਨੂੰ ਵੀ ਮਿਲ ਗਈ, ਕਹਿੰਦਾ ਹੁਣ ਸ਼ੱਕ ਜਾ ਕਰਦੇ ਲੋਕ ਜੀ। ਜਦੋਂ ਇੱਕ ਘਰ 'ਚ ਦੋ ਸਰਕਾਰੀ ਨੌਕਰੀਆਂ ਮਿਲਣ ਲੱਗ ਜਾਣ, ਸ਼ੱਕ ਹੋਣ ਲੱਗ ਜਾਂਦਾ, ਕਿਉਂਕਿ ਇਦੋਂ ਪਹਿਲਾਂ ਕਦੇ ਮਿਲੀਆਂ ਹੀ ਨਹੀਂ। ਹੁਣ ਤਾਂ ਪਿੰਡਾਂ 'ਚ ਢੋਲ ਵੱਜਣ ਦੀਆਂ ਵੀਡੀਓ ਆਉਂਦੀਆਂ ਨੇ, ਪਿੰਡਾਂ 'ਚ ਜਲੇਬੀਆਂ ਕੱਢਣ ਦੇ ਵੀਡੀਓ ਆਉਂਦੇ ਨੇ, ਸਾਡੇ ਪਿੰਡ ਦੀ ਕੁੜੀ ਜੀ ਸਬ ਇੰਸਪੈਕਟਰ ਲੱਗ ਗਈ, ਸਾਡੇ ਪਿੰਡ ਦੇ ਮੁੰਡੇ ਜੀ 2 ਮੁੰਡੇ ਪਟਵਾਰੀ ਲੱਗ ਗਏ, ਇੱਕ ਮੁੰਡਾ ਸਬ ਇੰਸਪੈਕਟਰ ਲੱਗ ਗਿਆ, ਇੱਕ SGO ਬਣ ਗਿਆ। ਅੱਜ ਤੁਹਾਡੇ ਪਿੰਡਾਂ 'ਚ ਵੀ ਇਹੀ ਹੋਊਗਾ? ਜਾਊਂਗੇ ਸਾਡੇ ਪਿੰਡ ਦੇ ਇੰਨੇ ਮੁਲਾਜ਼ਮ ਹੋ ਗਏ ਜੀ। ਆਪਾਂ ਪਿੰਡ ਵਾਲੇ ਆਪਾਂ ਗਿਣਦੇ ਹੁੰਦੇ ਸੀ ਕਿ ਆਪਣੇ ਪਿੰਡ 'ਚ ਕਿੰਨੇ ਸਰਕਾਰੀ ਮੁਲਾਜ਼ਮ ਨੇ, ਜਮਾਂ ਹੀ ਖਤਮ ਹੋ ਗਿਆ ਸੀ ਕੰਮ, ਹੁਣ ਵਧਣ ਲੱਗੇ ਆ। ਹੁਣ ਇੱਕ ਪਿੰਡ 'ਚੋਂ 3-4 ਨਿਕਲਣ ਲੱਗੇ, ਕਿਉਂਕਿ ਆਪਾਂ ਹੁਣ ਜਿਵੇਂ ਉਹ ਹੁੰਦਾ ਨਾ, ਅਸੀਂ ਇਹ ਕਦੇ 272 ਕਦੇ 142 ਕਦੇ, ਉਹ ਜਿਵੇਂ ਬੱਚੇ ਨਹੀਂ ਜਾਂ ਤਾਂ ਕੁੱਜੇ 'ਚ ਪਾ ਲੈਂਦੇ ਪੈਸੇ, 1 ਰੁਪਈਆ ਪਾਈ ਜਾਂਦੇ ਆ, ਪੀਗੀ ਬੈਂਕ 'ਚ ਪਾ ਲੈਂਦੇ ਆ ਨਾ, 1 ਰੁਪਈਆ 1 ਰੁਪਈਆ ਕਰਕੇ ਨਾਲ ਚੱਕ ਚੱਕ ਦੇਖੀ ਜਾਂਦੇ ਕਿੰਨਾ ਭਾਰੀ ਹੋ ਗਿਆ, ਖੋਲ ਸਕਦੇ ਨੇ ਉਹਨੂੰ। ਫਿਰ ਕਦੋਂ ਦਿਵਾਲੀ ਵਾਲੇ ਦਿਨ ਜਾਂ ਕਦੋਂ ਖੋਲਦੇ ਨੇ ਤਾਂ ਉਹ 'ਚ ਬਹੁਤ ਸਾਰੇ ਡਿੱਗਦੇ ਨੇ ਫਿਰ ਉਸ 'ਚ। ਸੋ ਉਸੇ ਤਰ੍ਹਾਂ ਅਸੀਂ 272 ਪਾ ਲਏ, 200 ਰੁਜ਼ਗਾਰ ਵਾਲੇ ਕੁੱਜੇ 'ਚ 272 ਪਾ ਲਏ, 150 ਪਾ ਲਏ, 542, 3,000 ਮੁੰਡੇ ਕੁੜੀਆਂ ਉਹ ਪੁਲਿਸ ਵਾਲੇ ਜਿਹੜੇ ਸੀਗੇ PAP ਗਰਾਊਂਡ 'ਚ ਉਸ ਦਿਨ। ਸੋ ਅਸੀਂ ਤਾਂ ਉਹ 'ਚ ਪਾਈ ਜਾਂਦੇ ਹਾਂ, ਰੁਜ਼ਗਾਰ ਵਾਲਾ ਕੁੱਜਾ ਭਰੂਗਾ ਹੀ ਭਰੂਗਾ ਜਦੋਂ ਨੀਤਾਂ ਸੱਚੀਆਂ ਨੇ, ਜਦੋਂ ਤੁਹਾਡੀ ਕੋਈ ਨੀਅਤ ਹੀ ਨਹੀਂ ਮਾੜੀ। ਮੈਂ ਕਹਿਣ ਲੱਗਿਆ ਸੀ ਜਦੋਂ ਮੈਂ ਇੱਥੋਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਿਫਾਰਿਸ਼ ਤੋਂ ਕੰਮ ਕਰਨ ਲਈ ਭੇਜ ਰਿਹਾ ਫੀਲਡ ਦੇ ਵਿੱਚ, ਫਿਰ ਤੁਸੀਂ ਕਿਸੇ ਹੋਰ ਤੋਂ ਤਨਖਾਹ ਤੋਂ ਬਿਨਾਂ ਪੈਸੇ ਕਿਉਂ ਲਾਉਂਗੇ? ਜਦ ਤਾਂ ਤੁਹਾਡੇ ਲੱਗੇ ਹੋਣ ਵੀ ਮੈਂ ਤਾਂ 2 ਕਰੋੜ ਰੁਪਇਆ ਦੇ ਕੇ ਲੱਗਿਆ ਜੀ, ਪਹਿਲਾਂ ਤਾਂ ਮੈਂ ਉਹ ਪੂਰੇ ਕਰੂੰ, ਫਿਰ ਤਾਂ ਲੀਡਰ ਵੀ ਨਹੀਂ ਰੋਕ ਸਕਦਾ, ਉਹ ਕਾਣਾ ਹੋ ਗਿਆ ਤਾਂ। ਉਹ ਕਹਿੰਦਾ ਮੈਂ 2 ਕਰੋੜ ਰੁਪਇਆ, ਕਹਿੰਦਾ ਤੈਨੂੰ 2 ਕਰੋੜ ਦਿੱਤਾ ਮੈਂ, ਮੈਂ ਤਾਂ ਪਹਿਲਾਂ ਉਹ ਪੂਰੇ ਕਰੂੰ। ਜਦੋਂ ਲੱਗੇ ਹੀ ਕੁਛ ਨਹੀਂ ਫਿਰ ਪੂਰੇ ਕਿਹੜੇ ਕਰਨੇ ਨੇ? ਫਿਰ ਜਿੰਨੀ ਤਨਖਾਹ ਹੈ ਉਹਦੇ ਨਾਲ ਹੀ ਕਰਕੇ ਦੇਖੋ, ਕੰਮ ਸਕੂਨ ਮਿਲੂਗਾ। ਇਮਾਨਦਾਰੀ ਨਾਲ ਕੰਮ ਕਰਦਾ ਸਕੂਨ ਦਾ ਕੋਈ ਮੁੱਲ ਨਹੀਂ ਹੁੰਦਾ। ਅਸੀਂ ਮੈਂ ਜਾ ਕੇ ਕਹਿੰਦਾ ਸੀਗਾ ਵੋਟਾਂ ਨੂੰ ਵੀ, ਲੋਕਾਂ ਨੂੰ ਵੀ, ਕਿ ਯਾਰ ਤੁਸੀਂ ਜੇ ਵੋਟ ਵੇਚਤੀ ਨਾ, ਤੁਸੀਂ ਫਰਜ਼ ਕਰ ਲਓ ਕਿਸੇ ਨੇ ਕਹਿਤਾ ਵੀ ਕਿੰਨੀਆਂ ਵੋਟਾਂ ਨੇ, 4 ਨੇ, 800 ਰੁਪਇਆ ਇੱਕ ਵੋਟ ਦਾ ਦੇ ਦਿੰਦੇ ਹਾਂ, ਉਹ ਠੀਕ ਹੈ, 3200 ਰੁਪਇਆ ਆਉਂਦਾ ਆਪਾਂ ਨੂੰ ਕੀ ਮਾੜਾ। ਤੁਸੀਂ ਵੋਟਾਂ ਵੇਚਤੀਆਂ, ਬਾਅਦ 'ਚ ਸਰਕਾਰ ਉਹਨਾਂ ਦੀ ਬਣ ਗਈ ਜਿਹਨਾਂ ਨੇ ਵੋਟਾਂ ਖਰੀਦੀਆਂ ਸੀ, ਬਾਅਦ 'ਚ ਤੁਸੀਂ ਪਿੰਡ ਦੇ ਕਿਸੇ ਕੰਮ ਵਾਸਤੇ ਜਾਂ ਆਪਦੇ ਮੁੰਡੇ ਨੂੰ ਨੌਕਰੀ ਦਿਵਾਉਣ ਵਾਸਤੇ ਜਾਂ ਸਾਂਝੇ ਕੰਮ ਵਾਸਤੇ ਕਿਤੇ ਗਏ ਮੰਤਰੀ ਕੋਲ, ਉਹਨੂੰ ਕਹਿੰਦਾ ਜਨਾਬ ਜੀ ਆਹ ਕੰਮ ਹੈ,
ਨੌਕਰੀ ਲਵਾਉਣੀ ਹੈ ਮੁੰਡੇ ਨੂੰ, ਉਹ ਕਹੂਗਾ ਜੀ 1.5 ਕਰੋੜ ਰੁਪਇਆ ਲੱਗੂਗਾ। ਉਹ ਕਹਿੰਦਾ ਜਨਾਬ ਗੱਲ ਕੀ ਕਰਦੇ ਹੋ, ਸਾਡੇ ਪਿੰਡੋਂ 1800 ਚੋਂ 1200 ਤੁਹਾਨੂੰ ਪਈਆਂ ਨੇ। ਤਾਂ ਉਹ ਕਹੂਗਾ ਜੀ 1200 ਮੈਂ ਖਰੀਦੀਆਂ ਸੀ ਉਦੋਂ, ਜਿਹੜਾ ਤੁਹਾਡਾ ਮੁੱਲ ਸੀ ਮੈਂ ਤੁਹਾਨੂੰ ਦਿੱਤਾ ਸੀ, ਹੁਣ ਜਿਹੜਾ ਮੇਰਾ ਮੁੱਲ ਹੈ ਤੁਸੀਂ ਮੈਨੂੰ ਦਿਓ, ਫਿਰ ਕੀ ਕਰ ਲਉਂਗੇ ਉੱਥੇ ਜੀ, ਮੁੜ ਕੇ ਆਉਂਗੇ ਵਾਪਸ ਫਿਰ ਉੱਥੋਂ? ਜਦੋਂ ਅਸੀਂ ਤੁਹਾਨੂੰ ਕਿਹਾ ਵੀ ਸਾਡੇ ਕੋਲ ਪੈਸੇ ਤਾਂ ਹੈ ਨਹੀਂ, ਵੋਟਾਂ ਪਾ ਦਿਓ, ਪਰ ਹਾਂ ਇੱਕ ਵਾਰੀ ਵੋਟਾਂ ਪਾ ਦੀਆਂ ਤੁਹਾਨੂੰ ਫਾਇਦੇ ਦੇਖਿਓ ਤੁਸੀਂ, 5-7 ਹਜ਼ਾਰ ਰੁਪਇਆ ਮਹੀਨਾ ਤਾਂ ਤੁਹਾਨੂੰ ਬਿਜਲੀ ਦੇ ਬਿੱਲ ਦਾ ਹੀ ਫਾਇਦਾ ਹੋਣ ਲੱਗ ਗਿਆ, ਫਿਰ ਸਕੂਲ ਦਾ ਫਾਇਦਾ, ਫਿਰ ਆਮ ਆਦਮੀ ਕਲੀਨਿਕ ਖੁੱਲ੍ਹ ਗਏ, ਫਿਰ ਹੁਣ ਆਉਣ ਵਾਲੇ ਦਿਨਾਂ 'ਚ ਨੌਕਰੀਆਂ ਦਾ ਫਾਇਦਾ, ਫਿਰ ਇੰਡਸਟਰੀ ਆ ਰਹੀ ਹੈ ਦੂਜੀ ਪ੍ਰਾਈਵੇਟ ਨੌਕਰੀਆਂ, 2,80,000 ਨੌਕਰੀ ਹੋਰ ਪੈਦਾ ਹੋ ਰਹੀ ਹੈ। ਇਹ ਉਦੋਂ ਫਿਰ ਕਹਿੰਦੇ ਨੇ ਵੋਟ ਪਾਉਣ ਦਾ ਸਵਾਦ ਆ ਗਿਆ ਜੀ। ਸੋ ਜਦੋਂ ਇੱਕ ਵਾਰੀ 500 ਰੁਪਇਆ ਜਾਂ ਫਿਰ 5 ਸਾਲ ਕਈ ਹਜ਼ਾਰ ਲੱਖਾਂ ਰੁਪਏ ਦਾ ਫਾਇਦਾ, ਇੱਕ ਮੈਨੂੰ ਦੋਜੀ ਮਿਲਿਆ, ਕਹਿੰਦਾ ਮੈਂ ਦੁੱਧ ਦਾ ਕੰਮ ਕਰਦਾ, ਅਤੇ ਕਹਿੰਦਾ ਮੇਰੇ ਜਿਹੜੇ ਗਾਹਕ ਨੇ ਜਿੱਥੇ ਮੈਂ ਦੁੱਧ ਪਾਉਂਦਾ ਸੀ, ਉਹ ਕਹਿੰਦਾ ਕੋਈ ਮੈਨੂੰ 3 ਮਹੀਨਿਆਂ ਬਾਅਦ ਪੈਸੇ ਦਿੰਦਾ ਸੀ, ਕੋਈ 4 ਮਹੀਨੇ ਬਾਅਦ, ਅਚਾਨਕ ਕਹਿੰਦਾ ਨਾ ਮੈਨੂੰ 1 ਮਹੀਨੇ ਬਾਅਦ ਹੀ ਦੇਣ ਲੱਗੇ ਸਾਰੇ ਜਣੇ ਪੈਸੇ। ਕਹਿੰਦਾ ਮੈਂ ਕਿਹਾ ਵੀ ਕੀ ਹੋ ਗਿਆ, ਦੁੱਧ ਵੀ ਉਹੀ ਹੈ, ਮੇਰਾ ਤਾਂ ਲੀਟਰ ਵੀ ਉਹੀ ਹੈ ਮੇਰੇ ਨਾਲ। ਉਹ ਕਹਿੰਦੇ ਜੀ ਤੇਰਾ ਕੋਈ ਉਹ ਨਹੀਂ ਹੈਗਾ, ਪੰਜਾਬ ਸਰਕਾਰ ਨੇ ਬਿਜਲੀ ਦੇ ਬਿੱਲ ਮਾਫ਼ ਕਰਤੇ, ਸਾਡਾ 5-7 ਹਜ਼ਾਰ ਰੁਪਇਆ ਬਿਜਲੀ ਦਾ ਇੱਕ ਘਰ ਦਾ ਬਚਣ ਲੱਗ ਗਿਆ, ਅਸੀਂ ਉਹੀ ਦੁੱਧ ਦੇ ਪੈਸੇ ਦੇਣ ਲੱਗ ਗਏ। ਐਂ ਫਰਕ ਪੈ ਜਾਂਦਾ ਜੀ, ਕਿੱਥੋਂ ਜਾ ਕੇ ਕਿੱਥੇ ਤੱਕ ਪੈਂਦਾ ਫਰਕ ਦੇਖੋ। ਹਾਂ ਅਸੀਂ ਮਾਫ਼ ਕਰਕੇ ਕੋਈ ਨਾ ਤਾਂ ਕੋਈ ਇਹ ਕੀਤਾ ਵੀ ਬਿਜਲੀ ਬੋਰਡ ਨੂੰ ਕਰਜਾਈ ਕਰ ਦਿਉ, ਅਸੀਂ ਉਹਨਾਂ ਦੇ ਪੈਸੇ ਵੀ ਦਿੰਦੇ ਹਾਂ, ਉਹਨਾਂ ਦੇ ਵੀ ਸਬਸਿਡੀ ਦੇ ਸਾਰੇ ਪੈਸੇ ਦਿੰਦੇ ਹਾਂ ਅਸੀਂ ਪੈਸੇ। ਅਸੀਂ ਕਿਤੋਂ ਦੇਖੋ, ਖਜ਼ਾਨਾ ਵੀ ਉਹੀ ਹੈ, ਖੰਭੇ ਵੀ ਉਹੀ ਨੇ, ਤਾਰਾਂ ਵੀ ਉਹੀ ਨੇ, ਜੈਂਪਰ ਵੀ ਉਹੀ ਨੇ, ਗ੍ਰਿੱਡ ਵੀ ਉਹੀ ਨੇ, ਹੁਣ ਕਿਵੇਂ ਉਹੀ ਬਿਜਲੀ ਆਉਣ ਲੱਗ ਗਈ ਜੀ ਦਿਨ ਰਾਤ? ਨੀਤਾਂ ਸਾਫ਼ ਹੋ ਗਈਆਂ ਜੀ, ਪਹਿਲਾਂ ਹਰ ਗੱਲ ਦਾ ਪੈਸਾ ਸੀ।